ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਆਪਣਾ ਮਨ ਜੋ ਭੱਜਾ ਫਿਰਦਾ ਹੈ, ਏਕ ਨਿਮਕ ਮੈਂ ਚਾਰ ਕੁੰਟ ਫਿਰ ਆਵੇ। ਕਿਸੇ ਚੀਜ਼ ਦੀ ਇੰਨੀ ਦੌੜ ਨਹੀਂ, ਸਪੀਡ ਨਹੀਂ, ਜਿਤਨੀ ਮਨ ਦੀ ਸਪੀਡ ਹੈ। ਇੱਕ ਨਿਮਕ ਵਿੱਚ, ਕੁਝ ਸੈਕਿੰਡਸ ਦੇ ਵਿੱਚ ਹਿਦਾਤਾਰ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ, ਚਾਰ ਕੁੰਟ ਫਿਰ ਆਵੇ। ਸਾਊਥ, ਨੌਰਥ, ਈਸਟ, ਵੈਸਟ, ਉੱਤਰ, ਦੱਖਣ, ਪੂਰਬ, ਪੱਛਮ, ਸਾਰੇ ਪਾਸੇ ਘੁੰਮ ਕੇ ਆ ਜਾਂਦਾ ਹੈ। ਮਨ ਦੀ ਰਫਤਾਰ ਇੰਨੀ ਤੇਜ਼ ਹੈ। ਇਸ ਮਨ ਨੂੰ ਜੋੜੀਏ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਹੈ, ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਾਰ ਐਵਰ ਆਫਟਰ ਮੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਆਪਣਾ ਮਨ ਜੋੜੀਏ। ਗੁਰਬਾਣੀ ਨਾਲ ਆਪੇ ਮਨ ਜੁੜ ਜਾਵੇਗਾ, ਸ਼ਬਦ ਪਿਆਰੇ ਲੱਗਣਗੇ, ਗੁਰਬਾਣੀ ਪਿਆਰੀ ਲੱਗੇਗੀ। ਜਿਤਨਾ ਹਨੇਰਾ ਹੋ ਗਿਆ ਹੈ ਇਸ ਹਿਰਦੇ ਰੂਪੀ ਘਰ ਵਿੱਚ, ਇਸ ਸਰੀਰ ਵਿੱਚ, ਤਨ ਵਿੱਚ, ਦੇਹ ਵਿੱਚ, ਬਦਨ ਵਿੱਚ, ਕੁਝ ਲਾਈਟ ਜਗੇਗੀ, ਕੁਝ ਚਾਨਣਾ ਹੋਵੇਗਾ, ਹਨੇਰਾ ਚਲਾ ਜਾਵੇਗਾ। ਜਿਵੇਂ ਲਾਵਾਂ ਵੇਲੇ ਸ਼ਬਦ ਪੜ੍ਹਦੇ ਹਾਂ ਬੱਚਿਆਂ ਦੇ ਜਦੋਂ ਵਿਆਹ ਹੁੰਦੇ ਹਨ, ਬਲਿਆ ਗੁਰ ਗਿਆਨ, ਅੰਧੇਰ ਬਿਨ ਸਿਆ। ਜਦ ਗੁਰੂ ਦਾ ਗਿਆਨ ਬਲ ਪਿਆ ਅੰਦਰ, ਜਿਵੇਂ ਕਮਰੇ ਵਿੱਚ ਬੱਤੀ ਜਗਾਓ ਤੇ ਹਨੇਰਾ ਚਲਾ ਜਾਂਦਾ ਹੈ, ਜਦੋਂ ਗੁਰੂ ਦੀ ਬਾਣੀ ਰਸਨਾ ਦੇ ਨਾਲ ਪੜੋ ਤੇ ਕੰਨਾਂ ਦੇ ਨਾਲ ਸਰਵਣ ਕਰੋ, ਅੰਦਰ ਰੋਸ਼ਨੀ ਆ ਜਾਂਦੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਅੰਦਰ ਚਾਨਣਾ ਹੋ ਜਾਂਦਾ ਹੈ। ਜਦੋਂ ਕਿਰਪਾ ਹੋ ਜਾਂਦੀ ਹੈ, ਬਲਿਆ ਗੁਰ ਗਿਆਨ, ਅੰਧੇਰ ਬਿਨਸਿਆ, ਬਿਨਸਿਆ ਕਹਿੰਦੇ ਨੇ ਦੂਰ ਹੋ ਗਿਆ, ਉਦੋਂ ਫਿਰ ਮਹਾਰਾਜ ਜੀ ਦਾ ਨਾਮ ਰਤਨ ਲੱਭਦਾ ਹੈ। ਹਰ ਰਤਨ ਪਦਾਰਥ ਲਾਦਾ, ਹਉਮੈ ਵੀ ਉਦੋਂ ਹੀ ਜਾਂਦੀ ਹੈ। ਹਉਮੈ ਰੋਗ ਗਿਆ ਦੁੱਖ ਲਾਥਾ, ਇਹ ਵੀ ਵੱਡਾ ਦੁੱਖ ਹੈ ਹਉਮੈ ਦਾ। ਖਿਮਾ ਮੰਗਦਾ ਹਾਂ, ਮੇਰੇ ਘਰ ਮੇਰੀਆਂ ਜਾਇਦਾਦਾਂ, ਮੇਰਾ ਤਨ, ਮੇਰੀ ਮਾਇਆ, ਇਹ ਵੀ ਇੱਕ ਦੁੱਖ ਹੈ, ਚੰਬੜਿਆ ਰਹਿੰਦਾ ਹੈ, ਨਾਲ ਹਉਮੈ ਬਣੀ ਰਹਿੰਦੀ ਹੈ। ਮੇਰਾ 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 ਕਰਦੇ ਪਚਮੂਏ, ਹਉਮੈ ਰੋਗ ਗਿਆ, ਹਉਮੈ ਵੱਡਾ ਰੋਗ ਹੈ, ਇਹ ਬਹੁਤ ਵੱਡਾ ਰੋਗ ਹੈ, ਮਰਦੇ ਦਮ ਤੱਕ ਵੀ ਇਹ ਜਾਂਦਾ ਨਹੀਂ। ਜੇ ਗੁਰੂ ਲੜ ਲੱਗ ਜਾਓ, ਫਿਰ ਵਿਆਹ ਵੇਲੇ ਸ਼ਬਦ ਜੋ ਪੜ੍ਹਦੇ ਹਾਂ, ਹਉਮੈ ਰੋਗ ਗਿਆ, ਇਹ ਦੁੱਖ ਵੀ ਮਗਰੋਂ ਲੈ ਗਿਆ, ਦੁੱਖ ਲਾਥਾ ਆਪੋ ਆਪੇ ਗੁਰਮੁਖ ਖਾਦਾ। ਗੁਰੂ ਵੱਲ ਮੂੰਹ ਕਰਨ ਨਾਲ ਆਪ ਹੀ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਇਸ ਰੋਗ ਨੂੰ ਵੀ ਖਾ ਛੱਡਿਆ, ਮੁਕਾ ਛੱਡਿਆ। ਅੱਜ ਦਾਸ ਨੇ ਸ਼ਬਦ ਲਿਆ ਹੈ, ਗੌੜੀ ਕੀ ਵਾਰ ਦੇ ਵਿੱਚੋਂ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪੂਰਨ ਤਾਲ ਖਟਾਇਆ ਅੰਮ੍ਰਿਤ ਸਾਰ ਵਿੱਚ ਜੋਤ ਜਗਾਵੇ। ਧੰਨ ਗੁਰੂ ਰਾਮਦਾਸ ਜੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਤ, ਸੰਤੋ ਰਾਮਦਾਸ ਸਰੋਵਰ ਨਿਕਾ, ਜੋ ਨਾਵੇ ਸੋ ਕੁੱਲ ਤਰਾਵੇ, ਉਧਾਰ ਹੋਇਆ ਹੈ ਜੀ ਕਾ। ਆ ਜਿਹੜਾ ਜੀ ਵਿੱਚ ਹੈ, ਇਹਦਾ ਉਧਾਰ ਹੋ ਜਾਂਦਾ ਹੈ। ਜੇ ਕੋਈ ਸ਼ਰਧਾ ਨਾਲ ਟੁੱਬਾ ਮਾਰਦਿਆਂ ਮਾਰਦਿਆਂ ਆਖੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਕਿਉਂਕਿ ਰਾਮਦਾਸ ਗੁਰੂ ਜਗ ਤਾਰਨ ਕੋ ਅਵਤਾਰ ਬਣਾਏ। ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਹੈ ਗੌੜੀ ਕੀ ਵਾਰ ਦੇ ਵਿੱਚੋਂ ਦਾਸ ਨੇ ਇਹ ਸਲੋਕ ਲਿਆ ਹੈ। ਆਪਣਾ ਮਨ ਜੋੜ ਕੇ ਰੱਖਣਾ ਹੈ। ਹਮੇਸ਼ਾ ਦਾਸ ਬੇਨਤੀ ਕਰਦਾ ਹੈ, ਮਨ ਰਹਿੰਦਾ ਨੇ ਗੁਰੂ ਘਰ ਦੇ ਵਿੱਚ, ਗੁਰਬਾਣੀ ਦੇ ਵਿੱਚ, ਦੇਹ ਨੂੰ ਜੋੜ ਕੇ ਗੁਟਕਾ ਫੜਾ ਕੇ ਆਪ ਨਿਕਲ ਜਾਂਦਾ ਹੈ। ਕੰਨਾਂ ਨੂੰ ਕਹਿੰਦਾ ਹੈ ਤੁਸੀਂ ਬੈਠੋ ਗੁਰਦੁਆਰੇ ਸੁਣਦੇ ਰਹੋ, ਮੈਂ ਚੱਲਿਆ ਦੁਕਾਨ ਖੋਲ ਆਵਾਂ ਜਾ ਕੇ, ਵਿੱਚੋਂ ਨਿਕਲ ਜਾਂਦਾ ਹੈ। ਮੈਂ ਬੱਚੇ ਨੂੰ ਚਾਬੀਆਂ ਦੇ ਆਵਾਂ, ਮੇਰੀ ਆਹ ਚੀਜ਼ ਭੁੱਲ ਗਈ ਹੈ, ਮੈਂ ਹੁਣੇ ਆਇਆ, ਸੋਚਾਂ ਸੋਚਦਾ ਰਹਿੰਦਾ ਹੈ, ਬਾਹਰ ਨਿਕਲ ਜਾਂਦਾ ਹੈ ਦੇਹ ਤੋਂ। ਗੁਰਮੁਖੋ ਮਨ ਮੁੱਖ ਬਣ ਜਾਂਦਾ ਹੈ, ਮਨ ਦੇ ਕਹੇ ਲੱਗ ਕੇ, ਕਿਉਂਕਿ ਮਨ ਟਿਕਣ ਨਹੀਂ ਦਿੰਦਾ ਨਾ, ਮਨ ਟਿਕਣ ਨਾ ਪਾਵੇ ਰਾਈ ਰਾਈ ਜਿੰਨਾ ਵੀ ਮਨ ਨਹੀਂ ਟਿਕਦਾ। ਚੌਥੇ ਪਾਤਸ਼ਾਹ ਫਰਮਾਉਂਦੇ ਹਨ ਖਾਲਸਾ ਜੀ, ਸੁਭਾਅ ਮਨਮੁੱਖ ਬਣ ਜਾਂਦਾ ਹੈ, ਭੁੱਲ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਪਰਮੇਸ਼ਰ ਜੀ ਨੂੰ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਰੋਗ ਆ ਚੰਬੜਦੇ ਹਨ। ਮਨਮੁੱਖ ਮੂਲ ਹਾਂ ਭੁੱਲਿਆ, ਜਿਹੜਾ ਇਹਦਾ ਮੂਲ ਸੀ ਸਤਿਗੁਰਾਂ ਨੇ ਆਖਿਆ ਹੈ, ਮਨ ਮਨ ਨੂੰ ਕਿਹਾ, ਕਿਉਂ ਮਨ ਹੀ ਤੇ ਕਾਬੂ ਨਹੀਂ ਆਉਂਦਾ ਸਾਰੀ ਉਮਰ। ਸਤਿਗੁਰਾਂ ਨੇ ਆਖਿਆ ਹੈ, ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਮਨਮੁਖ ਤਾਈ ਵੱਲ ਚਲਾ ਗਿਆ ਗੁਰੂ ਨੂੰ ਛੱਡ ਕੇ, ਮਨਮੁਖ ਮੂਲੋਂ ਭੁੱਲਿਆ, ਇਹ ਆਪਣੇ ਮੂਲ ਨਾਲੋਂ ਟੁੱਟ ਗਿਆ, ਭੁੱਲ ਗਿਆ ਆਪਣੇ ਮੂਲ ਨੂੰ। ਮੇਰਾ ਮੂਲ ਕੀ ਸੀ? ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਤੂੰ ਕੀ ਸੀ? ਮਾਂ ਦਾ ਲਹੂ ਤੇ ਪਿਤਾ ਦਾ ਬਿੰਦੂ, ਬਿੰਦ ਤੇ ਜਿਨ ਪਿੰਡ ਕੀਆ, ਇਹਨਾਂ ਦੋਨਾਂ ਨੇ ਰਲ ਕੇ ਤੇਰਾ ਪਿੰਡ ਬਣਾਇਆ ਹੈ, ਸਰੀਰ ਬਣਾਇਆ ਹੈ। ਗੁਰਬਾਣੀ ਨਾਲ ਜੋ ਅੱਜ ਸ਼ਬਦ ਲਿਆ ਹੈ ਉਹਦੇ ਨਾਲ ਹੀ ਰਵਾਂ, ਕਿਉਂਕਿ ਗੁਰਬਾਣੀ ਤੋਂ ਬਾਹਰ ਨਿਕਲ ਕੇ ਦੂਰ ਜਾ ਕੇ ਸਾਧ ਸੰਗਤ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਜਿਤਨੀ ਸ਼ਾਂਤੀ ਮਿਲਦੀ ਹੈ ਜੋ ਸਤਿਗੁਰੂ ਸਾਨੂੰ ਗੁਰਬਾਣੀ ਬਖਸ਼ ਗਏ ਹਨ, ਪਿਆਰਿਓ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਸੰਗਤ ਬਿਨਾ ਹੋਰ ਦੂਜੀ ਓਟ ਨਾ ਕਾਏ। ਮਨਮੁਖ ਮੂਲ ਹਾਂ, ਇਹਦਾ ਮੂਲ ਅਕਾਲ ਪੁਰਖ ਵਾਹਿਗੁਰੂ ਜੀ ਵੀ ਹਨ, ਉਹਨਾਂ ਨੇ ਇਸ ਦੀ ਦੇਹ ਨੂੰ ਘੜਿਆ ਹੈ, ਬਣਾਇਆ ਹੈ, ਆਪਣੇ ਮੂਲ ਨਾਲੋਂ ਟੁੱਟ ਗਿਆ। ਦਰਖਤ ਦੇ ਜਿਵੇਂ ਪੱਤੇ ਹਨ, ਫਲ ਹਨ, ਡਾਲੀ ਨਾਲੋਂ ਟੁੱਟ ਗਿਆ, ਗੁਰੂ ਨਾਲੋਂ ਟੁੱਟ ਗਿਆ। ਮੂਲ ਹਾਂ ਭੁੱਲਿਆ, ਗੁਰੂ ਘਰ ਭੁੱਲ ਗਿਆ, ਇਸ਼ਨਾਨ ਕਰਨਾ ਭੁੱਲ ਗਿਆ, ਜਪਜੀ ਸਾਹਿਬ ਪੜ੍ਹਨਾ ਭੁੱਲ ਗਿਆ, ਅੰਮ੍ਰਿਤ ਛਕਣਾ ਭੁੱਲ ਗਿਆ, ਦੁਨੀਆਂ ਦੀਆਂ ਵਸਤੂਆਂ ਚੀਜ਼ਾਂ ਦੁਨੀਆਂ ਦੇ ਪਦਾਰਥਾਂ ਦੇ ਵੱਲ ਹੀ ਜੁੜਿਆ ਰਿਹਾ। ਇਸ ਕਰਕੇ ਮਨ ਦਾ ਕਿਹਾ ਮੰਨਿਆ, ਆਤਮਾ ਦਾ ਕਿਹਾ ਨਹੀਂ ਮੰਨਿਆ। ਆਤਮਾ ਕਹਿੰਦੀ ਸੀ ਚੱਲ ਗੁਰੂ ਘਰ ਚੱਲੀਏ, ਪਰ ਨਹੀਂ ਗਿਆ। ਮਨ ਬਹਾਨਾ ਪਾ ਜਾਂਦਾ ਹੈ, ਮੈਨੂੰ ਬੁਖਾਰ ਹੈ, ਮੇਰੀ ਲੱਤ ਦੁਖਦੀ ਹੈ, ਮੇਰਾ ਸਿਰ ਦੁਖਦਾ ਹੈ, ਕੋਈ ਨਾ ਕੋਈ ਐਕਸਕਿਊਜ਼ ਬਣਾ ਦਿੰਦਾ ਹੈ, ਮਨ ਹੋਰ ਪਾਸੇ ਤੁਰ ਪੈਂਦਾ ਹੈ। ਵਿੱਚ ਮਨਮੁਖ ਮੂਲੋਂ ਭੁੱਲਿਆ, ਕਿਉਂ ਭੁੱਲ ਗਿਆ? ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਵਿੱਚ ਆ ਜਿਹੜੀ ਦੇਹ ਹੈ, ਇਹਦੇ
ਵਿੱਚ ਮਨ ਰਹਿੰਦਾ ਹੈ। ਤਨ ਮਹਿ ਮਨ ਕੋ ਗੁਰਮੁਖ ਵੇਖੈ। ਕੋਈ ਗੁਰਮੁਖ ਹੋ ਕੇ ਤਨ ਦੇ ਵਿੱਚ ਆਪਣੇ ਮਨ ਨੂੰ ਦੇਖਦਾ ਹੈ, ਨਹੀਂ ਤੇ ਪੂਰੀ ਬਾਡੀ ਨੂੰ ਹੀ ਮੈਂ ਕਰਦਾ ਰਹਿੰਦਾ ਹੈ। ਇਹਦੇ ਤਾਂ ਕਈ ਹਿੱਸੇ ਹਨ। ਦੇਹ ਸੜ ਜਾਵੇਗੀ, ਮਨ ਧਰਮ ਰਾਜ ਕੋਲ ਲੇਖੇ ਦੇਣ ਵਾਸਤੇ ਚਲਾ ਜਾਵੇਗਾ, ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਵੇਗੀ, ਕਿਉਂਕਿ ਆਤਮਾ ਅਮਰ ਹੈ। ਵਿੱਚ ਇਸ ਦੇਹ ਦੇ ਵਿੱਚ ਮਨ ਲੋਭ ਦੇ ਮਗਰ ਲੱਗਾ ਹੋਇਆ ਹੈ, ਲੱਭ ਲੱਭ ਕਰਦਾ ਹੈ, ਆ ਵੀ ਕਰ ਲਵਾਂ, ਉਹ ਵੀ ਕਰ ਲਵਾਂ, ਆ ਵੀ ਕਰ ਲਵਾਂ। ਇਦਾਂ ਕਰਦਿਆਂ ਕਰਦੇ ਨਾਨਕ ਦੁਨੀਆਂ 4 ਦਿਹਾੜੇ ਸੁੱਖ ਕੀਤੇ ਦੁੱਖ ਹੋਈ, ਕੀਤੇ ਤੇ ਸੁੱਖ ਇਕੱਠੇ ਸੀ ਪਰ ਉਹਦੇ ਵਿੱਚੋਂ ਦੁੱਖ ਪ੍ਰਗਟ ਹੋਣ ਲੱਗ ਪਏ, ਜਿਵੇਂ ਬੂਟੇ ਪ੍ਰਗਟ ਹੁੰਦੇ ਹਨ। ਵਿੱਚ ਲੱਭ ਲੋਭ ਅਹੰਕਾਰ, ਅਹੰਕਾਰ ਨੇ ਵੀ ਡੇਰਾ ਲਾ ਲਿਆ, ਝਗੜੇ ਕਰਦਾ ਹੈ, ਲੜਾਈਆਂ ਕਰਦਾ ਹੈ ਕ੍ਰੋਧ ਵਸ ਹੋ ਕੇ, ਝਗੜਾ ਕਰਦਿਆਂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਗੌੜੀ ਕੀ ਵਾਰ ਦੇ ਵਿੱਚ, ਝਗੜਾ ਕਰਦਿਆਂ, ਘਰ ਵਿੱਚ ਝਗੜਾ, ਬਾਹਰ ਝਗੜਾ, ਕੌਮ ਵਿੱਚ ਝਗੜਾ, ਜਿੱਥੇ ਜਾਂਦਾ ਹੈ ਝਗੜਾ ਹੀ ਝਗੜਾ ਖੜਾ ਕਰ ਦਿੰਦਾ ਹੈ, ਬੋਲ ਐਸੇ ਬੋਲ ਦਿੰਦਾ ਹੈ ਝਗੜੇ ਖਲੋ ਜਾਂਦੇ ਹਨ, ਝਗੜੇ ਵੱਧ ਜਾਂਦੇ ਹਨ। ਗੁਰੂ ਨੇ ਤੇ ਆਖਿਆ ਸੀ ਸਤਿਗੁਰਾਂ ਨੇ, ਮਨ ਹੀ ਨਾਲ ਝਗੜਾ, ਮਨ ਨਾਲ ਝਗੜਾ ਕਰ। ਮਨ ਹੀ ਨਾਲ ਝਗੜਾ, ਮਨ ਹੀ ਸਥ, ਮਨ ਹੀ ਮੰਜ ਮਿਆਨੋ। ਆ ਜਿਹੜਾ ਸਰੀਰ ਮਿਆਨ ਰੂਪ ਹੈ, ਇਹਦੇ ਵਿੱਚ ਜਿਹੜੀ ਤਲਵਾਰ ਹੈ ਖੰਡੇ ਬਾਟੇ ਦੀ ਪੌਲ ਛੱਕ ਕੇ, ਉਹਦੇ ਨਾਲ ਜਿਵੇਂ ਪਿੱਛੇ ਆਪ ਜੀ ਨੇ ਸ਼ਬਦ ਸਵਰਨ ਕੀਤਾ ਸੀ, ਖੰਡੇ ਦੀ ਧਾਰ ਤੇ ਜਿਵੇਂ ਕੀੜੀ ਵੀ ਨਹੀਂ ਚੱਲ ਸਕਦੀ, ਉੱਥੇ ਟੁਕੇ ਨਾ ਪੁਣਹਾਣਾ ਚੱਲ ਨਾ ਸਕੇ ਉੱਪਰ ਕੀੜੀ, ਇਸ ਮਿਆਨ ਰੂਪੀ ਤੇ ਦੇ ਵਿੱਚ ਕਿਵੇਂ ਕੋਈ ਪਾਪ ਚੱਲ ਸਕਦਾ ਹੈ, ਉਹਦੇ ਟੁਕੜੇ ਟੁਕੜੇ ਹੋ ਜਾਣੇ ਚਾਹੀਦੇ ਹਨ। ਝਗੜਾ ਕਰਦਿਆਂ ਅੰਨ ਦਿਨ ਰਾਤ ਦਿਨ, ਗੁਦਰੈ ਗੁਜਰ ਜਾਂਦੀ ਹੈ ਰਾਤ ਵੀ ਦਿਨ ਵੀ, ਝਗੜਾ ਕਰਦੇ ਹਾਂ ਨੀਂਦ ਨਹੀਂ ਪੈਂਦੀ, ਵੈਰ ਵਿਰੋਧ ਮਿਟਾ ਮਿਲਾ ਵੈਰ ਵਿਰੋਧ ਖੜੇ ਕਰ ਲੈਂਦਾ ਹੈ। ਜੇ ਗੁਰਦੁਆਰੇ ਜਾਵੇ, ਗੁਰੂ ਦਾ ਕੀਰਤਨ ਸੁਣੇ, ਊੜਾ ਐੜਾ ਈੜੀ ਤਿੰਨ ਅੱਖਰ ਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਜੀ ਨਾਲ ਜੋੜੇ ਹੋਏ ਹਨ, ਆ ਜਿਹੜੀ ਦੁਨੀਆ ਹੈ ਈਵੜੀ ਆਦਿ ਪੁਰਖ ਹੈ ਸਾਚਾ, ਸੱਸੇ ਤੋਂ ਗੁਰੂ ਸਾਹਿਬ ਨੇ ਫਿਰ ਪੱਟੀ ਲਿਖੀ ਹੈ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਅੱਗੋਂ ਫਿਰ ਹਾਹਾ ਕੱਕਾ ਖੱਖਾ, ਪੂਰੇ ਅੱਖਰਾਂ ਦੀ ਕਥਾ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਪੂਰੇ ਅੱਖਰ ਜਿਹੜੇ ਹਨ, ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ, ਗੀਤ, ਗੁਣ ਗਾਹ, ਇਹ 35 ਜਿਹੜੀ ਹੈ ਊੜਾ ਐੜਾ ਈੜੀ ਅਕਾਲ ਪੁਰਖ ਜੀ ਨਾਲ ਅਭੇਦ ਹੈ, ਜਿਵੇਂ ਸ੍ਰਿਸ਼ਟੀ ਸਾਰੀ ਦੁਨੀਆ ਸਾਰੀ ਉਹਦੇ ਵਿੱਚ ਅਭੇਦ ਹੈ ਅਕਾਲ ਪੁਰਖ ਵਾਹਿਗੁਰੂ ਵਿੱਚ। ਸੱਸੇ ਤੋਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੱਟੀ ਲਿਖ ਦਿੱਤੀ ਹੈ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਊੜਾ ਓਅੰਕਾਰ ਜੀ ਨਾਲ ਰੱਖਿਆ ਹੈ, ਐੜਾ ਆਦਿ ਪੁਰਖ ਜੀ ਨਾਲ ਰੱਖਿਆ ਹੈ, ਈਵੜੀ ਆਦਿ ਪੁਰਖ ਹੈ ਸਾਚਾ, ਆ ਜਿਹੜਾ ਦੁਨੀਆ ਰਚੀ ਹੋਈ ਹੈ।
ਸੱਸੇ ਤੋਂ ਫਿਰ ਮਹਾਰਾਜ ਤੁਰੇ ਜਾਂਦੇ ਹਨ, ਉਪਦੇਸ਼ ਦਿੰਦੇ ਜਾਂਦੇ ਹਨ। ਫੱਫਾ ਡੱਡਾ ਡੱਡਾ ਡੇਰਾ, ਇਹ ਡੇਰਾ ਥੋੜੀ ਹੈ, ਉਹ ਡੇਰਾ ਹੈ। ਫਿਰ ਫਾਹੀ ਫਾਸਿਆ ਕਊਆ, ਫਿਰ ਪਛਤਾਨਾ ਅਬ ਕਿਆ ਹੁਆ। ਇੱਕ ਇੱਕ ਅੱਖਰ ਦਾ ਆਪ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਗਿਆਨ ਪ੍ਰਾਪਤ ਕਰਿਆ ਕਰੋ। ਬੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਦਾਸ ਨੂੰ ਖਿਮਾ ਕਰ ਦੇਣਾ। ਇੱਥੇ ਵੀ ਦਾਤਾਰ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਗੁਰਮੁਖ ਝਗੜਾ ਨਹੀਂ ਕਰਦੇ, ਉਹ ਪੜ੍ਹਦੇ ਹਨ, ਪੱਟੀ ਪੜ੍ਹਦੇ ਹਨ, ਪੈਂਤੀ ਪੜ੍ਹਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ। ਜਦੋਂ ਵਬਾ ਅੱਖਰ ਆਉਂਦਾ ਹੈ, ਉਹ ਆਪਣੀ ਦੇਹ ਰੂਪੀ ਮਨ ਰੂਪੀ ਕਾਗਜ਼ ਤੇ ਲਿਖ ਲੈਂਦੇ ਹਨ, ਬਾਬਾ ਵੈਰ ਨ ਕਰੀਏ ਕਾਹੂ, ਕਿਸੇ ਨਾਲ ਵੈਰ ਨਾ ਕਰੀਏ, ਇੱਥੇ ਲਿਖ ਲੈਂਦੇ ਨੇ। ਲਿਖਿਆ ਤਾਂ ਜਾਂਦਾ ਹੈ ਜੇ ਸਕੂਲ ਜਾਓ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਜਾਓ, ਗੁਰਬਾਣੀ ਦਿਲੋਂ ਸੁਣੋ, ਦਿਲੋਂ ਮੁਹੱਬਤ ਕਰੋ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੇ। ਵਵਾ ਜਦੋਂ ਵਵਾ ਅੱਖਰ ਆਉਂਦਾ ਹੈ, ਹੁਕਮ ਹਨ ਵਵੇ ਦੁਆਰਾ, ਵੈਰ ਨ ਕਰੀਏ ਕਾਹੂ, ਜਿਨ੍ਹਾਂ ਨਾਲ ਝਗੜੇ ਕਰਦਾ ਹੈ ਉੱਥੇ ਵੀ ਮੇਰੇ ਮਾਲਕ ਬੈਠੇ ਹਨ, ਅਕਾਲ ਪੁਰਖ ਵਾਹਿਗੁਰੂ। ਘੱਟ ਘੱਟ ਅੰਤਰ ਕੱਟ ਕੱਟ ਮੈਂ ਖਿਮਾ ਕਰ ਦੇਣਾ, ਕੱਟ ਕੱਟ ਮੈਂ ਹਰ ਜੂ ਬਸੈ, ਕੱਟ ਕੱਟ ਵਿੱਚ ਤਾਂ ਮੇਰੇ ਹਰ ਜੀ ਵਸਦੇ ਹਨ, ਵਾਹਿਗੁਰੂ ਜੀ ਵਸਦੇ ਹਨ, ਤੂੰ ਕਿਹਦੇ ਨਾਲ ਝਗੜਾ ਪਿਆ ਕਰਦਾ ਹੈ? ਵਾਹ ਵੈਰ ਨਾ ਕਰੀਏ ਕਾਹੂ, ਤਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆਈਦਾ ਹੈ, ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਆ ਕੇ ਸਤ ਸੰਗਤ ਜੀਓ ਵੈਰ ਵਿਰੋਧ ਮਿਟਾ ਲਈਦਾ ਹੈ। ਕੀਰਤਨ ਵੀ ਸੁਣੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਿ ਕੇ, ਸਤਿਗੁਰੂ ਜੀ ਫਰਮਾਉਂਦੇ ਹਨ, ਉਹਨਾਂ ਦੇ ਅੰਦਰੋਂ ਵੀ ਵੈਰ ਚਲਾ ਜਾਂਦਾ ਹੈ। ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੇ, ਵੈਰ ਵਿਰੋਧ ਮਿਟਹਿ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੇ, ਝਗੜਾ ਕਰਦਿਆਂ ਅੰਨ ਦਿਨ ਗੁਦਰੈ। ਜਦੋਂ ਸੰਗਤ ਵਿੱਚ ਆਉਣ ਲੱਗ ਪਾਓ ਗੁਰਦੁਆਰਾ ਸਾਹਿਬ ਦੇ ਵਿੱਚ, ਆਇਆ ਕਰੋ ਗੁਰਮੁਖ ਪਿਆਰਿਓ, ਮਨ ਕਿਸ ਤਰ੍ਹਾਂ ਦਾ ਬਣਾ ਦਿੰਦੇ ਹਨ, ਕਿਸ ਤਰ੍ਹਾਂ ਦਾ ਘੜ ਦਿੰਦੇ ਹਨ ਮਹਾਰਾਜ। ਘੜੀਏ ਸ਼ਬਦ ਸੱਜੀ ਟਕਸਾਲ, ਨਾ ਕੋ ਬੈਰੀ ਨਹੀਂ ਬਿਗਾਨਾ, ਭਾਈ ਕਨਈਆ ਜੀ ਵਾਂਗੂ ਕੋਈ ਵੈਰੀ ਨੀ, ਕੋਈ ਬੇਗਾਨਾ ਨੀ, ਸਭ ਦੀ ਪੱਟੀ ਕਰੀ ਜਾਂਦੇ ਹਨ, ਸਭ ਨੂੰ ਪਾਣੀ ਪਿਆਈ ਜਾਂਦੇ ਹਨ। ਸਗਲ ਸੰਗ ਹਮ ਕੋ ਬਨ ਆਈ, ਫਿਰ ਸਾਰੇ ਆਪਣੇ ਲੱਗਦੇ ਨੇ, ਫਿਰ ਸ਼ਬਦ ਅੰਦਰ ਆ ਜਾਂਦੇ ਹਨ, ਵਸ ਜਾਂਦੇ ਹਨ। ਬੁਰਾ ਭਲਾ ਕਹੋ, ਕਿਸ ਨੂੰ ਕਹੀਏ? ਵਾਹਿਗੁਰੂ ਜੀ ਸਗਲੇ ਜੀ ਤੁਹਾਰੇ, ਸਾਰੇ ਜੀ ਤਾਂ ਤੁਹਾਡੇ ਹਨ, ਕਿਹਨੂੰ ਬੁਰਾ ਕਹੀਏ? ਬੁਰਾ ਭਲਾ ਬੰਦਾ ਕਿੰਨਾ ਚਿਰ ਕਹਿੰਦਾ ਹੈ? ਗੁਰਮੁਖ ਪਿਆਰਿਓ, ਗੁਰਬਾਣੀ ਪੜਿਆ ਕਰੋ, ਗੁਰਬਾਣੀ ਬਿਨਾਂ ਇਸ ਵੇਲੇ ਕੋਈ ਰਸਤਾ ਨਹੀਂ ਦੇ ਸਕਦਾ। ਬੁਰਾ ਭਲਾ ਤਿੱਚਰ ਆਖਦਾ, ਉਹਨਾਂ ਚਿਰ ਕਹਿੰਦਾ ਹੈ ਬੁਰਾ ਭਲਾ, ਜਿਚਰ ਜਿੰਨਾ ਚਿਰ ਗੁਰ ਸ਼ਬਦ ਨਾ ਕਰੇ ਵਿਚਾਰ। ਬੁਰਾ ਭਲਾ ਤਿੱਚਰ ਆਖਦਾ, ਉਹਨਾਂ ਚਿਰ ਬੰਦਾ ਬੁਰਾ ਤੇ ਭਲਾ ਵੱਖ ਵੱਖ ਸਮਝਦਾ ਹੈ, ਜਿਤਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਗੁਰੂ ਦੀ ਬਾਣੀ ਨੂੰ ਨਹੀਂ ਸਮਝਦਾ। ਗੁਰਬਾਣੀ ਕੀ ਕਹਿੰਦੀ ਹੈ? ਵਾਇਲ ਅਟੈਚਡ ਟੂ ਜੁਐਲਿਟੀ ਡਜ਼ ਨਾਟ ਅੰਡਰਸਟੈਂਡ ਵਟ ਇਜ਼ ਗੁਰੂ ਜੀ ਸੇਜ਼। ਗੁਰੂ ਜੀ ਕੀ ਕਹਿੰਦੇ ਹਨ ਜਦੋਂ ਤੱਕ ਦੁਚਿਤਾ ਹੈ, ਨਹੀਂ ਸਮਝ ਲੱਗਦੀ। ਇੱਕ ਪਾਸੇ ਵੈਰ ਕਰਦਾ ਹੈ, ਇੱਕ ਪਾਸੇ ਪਿਆਰ ਕਰਦਾ ਹੈ। ਇੰਜ
ਕਰਨ ਨਾਲ ਇੱਕ ਨਾ ਹੋਣ ਕਾਰਨ ਮਨ ਨੂੰ ਗੁਰਬਾਣੀ ਦੀ ਸਮਝ ਨਹੀਂ ਪੈਂਦੀ ਕਿ ਦੋਵਾਂ ਨੇ ਡੇਰਾ ਲਾਇਆ ਹੋਇਆ ਹੈ। ਸੱਚ ਨੇ ਵੀ ਝੂਠ ਨੇ ਵੀ ਸਤੋ ਗੁਣ ਵਿੱਚ ਹੈ, ਕਿਉਂਕਿ ਮਾਇਆ ਤ੍ਰੈ ਗੁਣੀ ਹੈ। ਦਾਸ ਹਮੇਸ਼ਾ ਬੇਨਤੀ ਕਰਦਾ ਰਹਿੰਦਾ ਹੈ, ਤ੍ਰੈ ਗੁਣ ਮਾਇਆ ਪਰਮ ਭੁਲਾਇਆ, ਰਜੋ ਤਮੋ ਸਤੋ, ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਦੁਨੀਆ ਬੜੀ ਨਾਮ ਜਪਦੀ ਹੈ, ਕਰੈ ਦੋਹ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹ ਬਾਂਧਾ ਚੋਰ। ਸਤੋ ਪ੍ਰਵਾਨ ਹੈ ਪਰ ਕਬੀਰ ਸਾਹਿਬ ਜੀ ਦੇ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹਨ, ਉਸ ਪ੍ਰਕਾਰ ਕਰੇ। ਕਬੀਰ, ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੁਸੀਂ ਕਰਾਉਣ ਵਾਲੇ ਹੋ, ਮੈਂ ਕੀ ਕਰਨ ਜੋਗਾ ਹਾਂ, ਮੈਂ ਕਿਹੜੇ ਜੱਗ ਕਰਵਾ ਸਕਦਾ ਹਾਂ, ਮੈਂ ਕਿਹੜੇ ਹੋਮ ਕਰਵਾ ਸਕਦਾ ਹਾਂ, ਮੈਂ ਕਿਹੜੇ ਅਖੰਡ ਪਾਠ ਕਰਵਾ ਸਕਦਾ ਹਾਂ, ਮੈਂ ਕਿਹੜਾ ਦਾਨ ਪੁੰਨ ਕਰ ਸਕਦਾ ਹਾਂ। ਤੇਰਾ ਦੀਆ ਤੁਝ ਹੈ ਕਿਆ ਅਰਪੋਂ, ਤੇਰੇ ਦਿੱਤੇ ਵਿੱਚੋਂ ਤੈਨੂੰ ਕੀ ਦੇ ਸਕਦਾ ਹਾਂ। ਇਸੇ ਕਰਕੇ ਜਦੋਂ ਗੁਰੂ ਦੇ ਦਰ ਤੇ ਆਓ, ਬੁੱਧ ਬਦਲ ਜਾਂਦੀ ਹੈ। ਬੁੱਧ ਬਦਲੀ, ਬੁੱਧ ਬਦਲੀ, ਗੁਰਦੁਆਰੇ ਜਾਇਆ ਕਰੋ, ਬੁੱਧ ਬਦਲ ਜਾਂਦੀ ਹੈ। ਬੁੱਧ ਬਦਲੀ ਸਿੱਧ ਪਾਈ, ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਕਰਨ ਕਰਾਉਣ ਵਾਲੇ ਤਾਂ ਵਾਹਿਗੁਰੂ ਹਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਸਤਿਗੁਰੂ ਜੀ ਰੋਕਦੇ ਹਨ, ਝਗੜੇ ਨਾ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਝਗੜਾ ਕਰਦਿਆਂ ਅੰਨ ਦਿਨ ਗੁਦਰੈ, ਸ਼ਬਦ ਨ ਕਰ ਹੈ ਵਿਚਾਰ। ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਸ਼ਬਦ ਦੀ ਵਿਚਾਰ ਨਹੀਂ ਕਰਦਾ, ਬੁਰਿਆਈਆਂ ਵਿੱਚ ਪੈ ਕੇ ਸੁੱਧ ਮਤ ਕਰਤੈ ਹਿਰ ਲਈ, ਖੋ ਲਈ ਮਹਾਰਾਜ ਨੇ ਸੁੱਧ ਵੀ ਤੇ ਮਤ ਵੀ। ਹੁਣ ਬੁਰਾ ਹੀ ਕਰੀ ਜਾਂਦਾ ਹੈ, ਬੁਰਾ ਹੀ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਤੈਨੂੰ ਆਪਣਾ ਘਰ ਭੁੱਲ ਗਿਆ, ਵਾਹਿਗੁਰੂ ਭੁੱਲ ਗਿਆ, ਹੁਣ ਲੱਗਾ ਰਿਹਾ ਬੁਰੇ ਵਾਲੇ ਬੁਰੇ ਪਾਸੇ। ਅੰਤ ਵੇਲੇ ਸਾਰਾ ਖੇਤ ਉੱਗ ਪਵੇਗਾ, ਫਿਰ ਆਪਣਾ ਕੀਤਾ ਪਾਵੀ। ਫਿਰ ਪੱਟੀ ਆ ਗਈ, ਉਦੋਂ ਨਾ ਪੁੱਤਰ ਕੋਲ, ਨਾ ਪੁੱਤਰੀ ਕੋਲ, ਨਾ ਪਤਨੀ ਕੋਲ, ਨਾ ਪਤੀ ਕੋਲ, ਨਾ ਮਾਂ ਕੋਲ, ਨਾ ਪਿਓ ਕੋਲ, ਨਾ ਮਿੱਤਰ ਕੋਲ, ਨਾ ਦੋਸਤ ਕੋਲ, ਕੋਈ ਵੀ ਕੋਲ ਕੋਈ ਨਹੀਂ, ਇਕੱਲਾ ਹੀ ਹੈ। ਧਰਮ ਰਾਜ ਨੂੰ ਮੰਨਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਧਰਮ ਰਾਜ ਜਬ ਲੇਖਾ ਮੰਗੇ, ਲੇਖਾ ਮੰਗੇਗਾ। ਦੱਤਾ ਦੋਸ ਨਾ ਦੇਉ ਕਿਸੇ, ਜਦੋਂ ਸਜਾਵਾਂ ਮਿਲਣਗੀਆਂ, ਜਦੋਂ ਉਹਨਾਂ ਲੋਕਾਂ ਨੂੰ ਜਿਹੜੇ ਵਾਹਿਗੁਰੂ ਨੂੰ ਭੁੱਲ ਗਏ। ਦੋਜਕ ਵਿੱਚ, ਦੋਜਕ ਕਹਿੰਦੇ ਨੇ ਜਿੱਥੇ ਅੱਗ ਬਲਦੀ ਹੈ ਉੱਥੇ ਸੁੱਟਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਦੋਜਕ ਪਾਏ ਸਿਰਜਣ ਹਾਰੇ, ਜਿਹਨੇ ਸਿਰਜਿਆ ਸੀ, ਬਣਾਇਆ ਸੀ, ਦੇਹ ਹੱਥ ਦੇ ਮੂੰਹ ਨੱਕ ਕੰਨ ਸਾਰਾ ਸਰੀਰ ਕਿੰਨਾ ਸੁੰਦਰ ਬਣਾਇਆ ਸੀ। ਅਤਰ ਮਲਦਾ ਹੈ, ਸੁਗੰਧੀਆਂ ਮਲਦਾ ਹੈ, ਜਿਹੇ ਪ੍ਰਸਾਦ ਸੁਗੰਧਤ ਫ੍ਰੈਗਰੈਂਸ ਤਨ ਲਾਭ ਹੈ, ਤਨ ਨੂੰ ਲਾਉਂਦਾ ਹੈ। ਡਿਫਰੈਂਟ 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 ਫ੍ਰੈਗਰੈਂਸ ਸੈਂਟਸ ਜਿਹੜੇ ਹਨ, ਦਾਤਾਰ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਜਦੋਂ ਰੱਬ ਵਾਲਾ ਪਾਸਾ ਭੁੱਲ ਗਿਆ, ਜਿਵੇਂ ਯੂਟਿਊਬ ਤੇ ਹੁਣ ਜਿੰਨਾ ਮਰਜ਼ੀ ਪਸਾਰਾ ਪਾਇਆ ਹੋਇਆ ਹੈ, ਯੂਟਿਊਬ ਤੇ ਪਿਆ ਹੋਇਆ ਹੈ, ਪਰ ਆਹ ਜਿਹੜਾ ਪਸਾਰਾ ਹੈ ਨਾ ਗੁਰਬਾਣੀ ਦਾ, ਵਾਹਿਗੁਰੂ ਦੇ ਨਾਮ ਦਾ, ਇਹ ਪਸਾਰਾ ਯੂਟਿਊਬ ਦਾ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗਾ।
ਜਿੰਨੇ ਵੀ ਯੂਟਿਊਬ ਤੇ ਕੰਮ ਕਰਨ ਵਾਲੇ ਹਨ, ਜਿਨ੍ਹਾਂ ਨੇ ਵੀ ਇਹ ਚਲਾਈ ਹੈ, ਇਸ ਹਿੱਸੇ ਨੇ ਯੂਟਿਊਬ ਦਾ ਵੀ ਭਲਾ ਕਰ ਦੇਣਾ ਹੈ, ਕਿਉਂਕਿ ਸਦਾ ਤੇ ਇੱਥੇ ਕਿਸੇ ਬੈਠ ਨਹੀਂ ਰਹਿਣਾ। ਝਗੜਾ ਕਰਦਿਆਂ ਮਾਲਕ ਕਹਿੰਦੇ ਹਨ, ਅਨ ਦਿਨ ਗੁਦਰੇ ਸ਼ਬਦ ਨ ਕਰਹਿ ਵਿਚਾਰ, ਕਾਰਨ ਕੀ ਕੇ ਅਰਦਾਸ ਨਹੀਂ ਕੀਤੀ, ਬੇਨਤੀ ਨਹੀਂ ਕੀਤੀ। ਅਕਾਲ ਪੁਰਖ, 84 ਲੱਖ ਜੂਨ ਤੋਂ ਬਾਅਦ ਇਹ ਜਨਮ ਮਿਲਿਆ ਹੈ, ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ, ਬੁਰਿਆਈਆਂ ਤੋਂ ਬਚਾ ਕੇ ਰੱਖ, ਚੰਗਿਆਈਆਂ ਵੱਲ ਜੋੜ। ਵਾਹਿਗੁਰੂ ਜੀ ਨੇ ਸੁਧ ਮਤ ਕਰ ਤੈ ਹਿਰ ਲਈ, ਕਿਉਂਕਿ ਮਾਲਕ ਜੇ ਚਾਹਵੇ ਤੇ ਬੰਦੇ ਦੇ ਵਿੱਚੋਂ ਸਾਰੀਆਂ ਚੰਗਿਆਈਆਂ ਖੋ ਲੈਂਦੇ ਹਨ। ਅਕਾਲ ਪੁਰਖ ਜੀ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ, ਕੱਲ ਚੰਗਿਆਈਆਂ ਕਰਦਾ ਸੀ, ਅੱਜ ਜ਼ੁਲਮ ਕਰ ਰਿਹਾ ਹੈ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਤਿਆਰ ਕੀਤਾ ਹੈ, ਅਸਰ ਸੰਘਾਰ ਬੇਕੋ ਦੁਰਜਨ ਕੇ ਮਾਰ ਬੇਕੋ ਖਾਲਸਾ ਬਣਾਇਓ ਹੈ, ਅੰਮ੍ਰਿਤ ਛਕੋ ਸਿੰਘ ਸਜੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਗੁਰਬਾਣੀ ਨਾਲ ਜੁੜੋ, ਗੁਰਬਾਣੀ ਸਾਡੀ ਗੁਰੂ ਹੈ ਇਸ ਕਲਯੁਗ ਦੇ ਵਿੱਚ। ਸੁਧ ਮਤ ਕਰਤੈ ਸਭ ਹਿਰ ਲਈ, ਖੋਲੀ ਮਾਲਕ ਨੇ ਸੁਧ ਬੁੱਧ, ਪਾਪ ਕਰਦਿਆਂ 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 ਬੰਦੇ ਦਾ ਮਨ ਇੰਨਾ ਮੈਲਾ ਹੋ ਗਿਆ ਮਾਲਕ ਨੂੰ, ਜਿਹੜੀ ਸ਼ੁਭ ਸਮੱਤੀ ਸੀ ਖੋਣੀ ਪਈ। ਸ਼ੁਭ ਸਮੱਤੀ ਉੱਥੇ ਰਹਿੰਦੀ ਹੈ ਜਿੱਥੇ ਹੱਥ ਜੁੜੇ ਰਹਿੰਦੇ ਹਨ ਆਪਣੇ ਗੁਰੂ ਦੇ ਅੱਗੇ, ਅਕਾਲ ਪੁਰਖ ਜੀ ਦੇ ਅੱਗੇ। ਜਦੋਂ ਸੁਧ ਮਤ ਵਾਹਿਗੁਰੂ ਖੋ ਲੈਣ, ਫਿਰ ਬੰਦਾ ਝਗੜੇ ਕਰਦਾ ਹੈ। ਇਹ ਦਾਸ ਬਚਨ ਕੋਲੋਂ ਨਹੀਂ ਪੜ ਰਿਹਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਹੈ, ਗੌੜੀ ਕੀ ਵਾਰ ਦੇ ਵਿੱਚੋਂ ਇਹ ਸਲੋਕ ਆਪ ਜੀ ਨੇ ਪੜ ਲੈਣਾ ਹੈ। ਸਤਸੰਗ ਜੀਓ, ਇਹ ਗੌੜੀ ਕੀ ਵਾਰ ਦੇ ਵਿੱਚ 31ਵਾਂ ਸਲੋਕ ਹੈ। ਬੋਲਨ ਸਭ ਵਿਕਾਰ, ਜਦੋਂ ਸੁਧ ਮਤ ਕਰਤੇ ਨੇ ਖੋ ਲਈ, ਫਿਰ ਇਸ ਦੇਹ ਦੇ ਵਿੱਚੋਂ ਵਿਕਾਰ ਬੋਲਦੇ ਹਨ। ਕਾਮ ਬੋਲਦਾ ਹੈ, ਕ੍ਰੋਧ ਬੋਲਦਾ ਹੈ, ਅਹੰਕਾਰ ਬੋਲਦਾ ਹੈ, ਕਿੰਨੇ ਵਿਕਾਰ ਹਨ, ਕਿੰਨੇ ਚੋਰ ਹਨ ਇਸ ਦੇਹ ਦੇ ਵਿੱਚ। ਇਸ ਦੇਹੀ ਅੰਦਰ 5 ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨੇ ਬੂਝੈ ਕੋਈ ਨਾ ਸੁਣੇ ਪੁਕਾਰ। ਬੋਲਣ ਸਭ ਵਿਕਾਰ, ਮੂੰਹ ਦੇ ਬੋਲ ਵੀ ਵਿਗੜ ਜਾਂਦੇ ਹਨ, ਪ੍ਰੀਤਾਂ ਵੀ ਟੁੱਟ ਜਾਂਦੀਆਂ ਹਨ ਬੁਰੇ ਬੋਲਾਂ ਨਾਲ। ਗੰਢਿੰਦੀਆਂ 6 ਮਹੀਨੇ ਲੱਗਦੇ ਨੇ ਮੋਹ ਪਿਆਰ ਪ੍ਰੀਤ ਪਾਉਂਦਿਆਂ, ਤੁੜਨਦਿਆਂ ਹਿੱਕ ਖਿਨੋ ਗੁਆਰ ਕੀ ਬੋਲੀ ਹੈ। ਗੰਢਿੰਦੀਆਂ 6 ਮਾਂ, ਤੁੜਨਦਿਆਂ ਹਿੱਕ ਖਿਨੋ, ਇੱਕ ਖਿਨ ਵੀ ਨਹੀਂ ਲੱਗਦਾ ਮਾੜਾ ਜਿਹਾ ਕੋਈ ਬੁਰਾ ਬੋਲ ਦੇਈਏ। ਗੁਰਬਾਣੀ ਯਾਦ ਕਰਿਆ ਕਰੋ ਖਾਲਸਾ ਜੀ, ਪਿਆਰੇ ਹੋ ਗੁਰਮੁਖੋ। ਟੂਟ ਪ੍ਰੀਤ ਗਈ, ਪ੍ਰੀਤ ਟੁੱਟ ਜਾਂਦੀ ਹੈ, ਕਾਹਦੇ ਨਾਲ ਟੁੱਟ ਜਾਂਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਫਰਮਾਉਂਦੀ ਹੈ, ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲ ਬੋਲਣ ਦੀ ਦੇਰ ਹੈ, ਪ੍ਰੀਤਾਂ ਟੁੱਟ ਗਈਆਂ, ਇਸ ਕਰਕੇ ਬੁਰਾ ਬੋਲ ਨਹੀਂ ਬੋਲਣਾ, ਕੌੜਾ ਬੋਲ ਨਹੀਂ ਬੋਲਣਾ, ਮਿੱਠਾ ਬੋਲਣਾ ਹੈ। ਸਾਡੇ ਸੁਆਮੀ ਮਿੱਠੇ ਹਨ, ਮਿੱਠੇ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ, ਔਗਣ ਕੋ ਨਾ ਚਿਤਾਰੇ। ਗੁਰੂ ਨੂੰ ਭੁੱਲ ਕੇ ਸੁਧ ਮਤ ਕਰਤੈ
फिर ले बोलन सब विकार, मुंह भी बोल बुरे निकलते हैं ते विकार भी बोलन लग पैंदे हैं। रब किन्ना भी देवे तामी संतोख नहीं होंदा, अंबार लगे हुए हैं घर विच महल माड़ियां थां थां ते जमीना जायदादां, इतना दिता होया रब दा फिर भी बंदे नूं शुकर नहीं। दिता जो दिता है रब ने बहुत दिता है, कितै ना संतोखी है, जे गुरु नालों टुट गए तो किते भी संतोख नहीं मिलता, भावे थां 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 ते महल खड़े किते होण पर संतोख नहीं मिलेगा। उहदे दित्ते होए नूं संतोख दी थां प्राप्त नहीं होएगी उस बंदे नूं। दित्तै कितै कदी भी दित्तै कितै ना संतोखी है, अंतर तिसना, अंदर तिसना दा पांबड़ बल रहा, तंदूर बल रहा है, होर आ जावे होर आ जावे। तृष्णा बिरले ही की बुझी है, कोट जोरे लाख करोरे मन ना होरे, परे परे ही को लुझी है। अंदर तिसना बहु अज्ञान, बड़ा ज्ञान है अंदर, आ भी मेरा ओ भी मेरा, उथे भी मेरा इथे भी मेरा, बड़ा खिलारा पाया होया है। हालांकि गुरु साहब ने कहा है, जमीना वाले आ जायदादा वाले आ साढ़े तीन हाथ ते सीमा, तेरी अपनी धरती ते साढ़े तीन हाथ है। हुण ते दुनिया इन्नी हो गई है, वह साढ़े तीन हाथ जिहड़ी जगह है उहदे विच भी थोड़े थोड़े घंटे घंटे डेढ़ डेढ़ घंटे बाद इन्हां मुल्कां विच असीं देखिया है उसे धरती ते होर लोग आ रहे हैं, वह भी कल्ले दी नहीं रह गई, उहदे ते भी कई तुरे आउंदे हन। एक दा संस्कार हो गया, डब्बा अंदर चला गया, दूजे दा टाइम फिर लिखिया पिया है, एने बजे उहदा टाइम है। ओह धरती भी तेरी कल्ले दी नहीं रह गई, उहदे ते कईआं दा संस्कार हो रहा है। उंज गुरबाणी विच महाराज कहिंदे हन, बहुतियां जायदादां वालिया साढ़े तीन हाथ, क्योंकि बाडी भी एडी क है, इन्ना क इधरों है इन्नी क लंबी है, साढ़े तीन हाथ तेरी सीवा, उदास ना हो जाना, बहु अज्ञान अंधार तिसना, अंदर तिसना बहु अज्ञान अंधार। हुण महाराज कहिंदे हन, जिहड़े इहो जिहे हन गुरमुख नहीं हन, मन दे पिछे चल रहे हन गुरमुखो, उहनां नालों दूर होना ही चंगा है। दूर रह जाइए भाग, नानक मन मुखा नालों टुटी भली, मन मुखा नालों टुटी ही भली है, दूर रहना ही चंगा, मता उन्हां दा असर साढ़े ते हो जावे। नानक मन मुखा मन दे पिछे चलते हैं, गुरु दे पिछे नहीं चलते। नानक मन मुखा नालों टुटी भली, उन्हां नालों तोड़ लेनी ही चंगी है। जिन्हां दे अंदर गुरु दा प्यार नहीं, माया दा मोह प्यार भरिया पिया है, जिन नानक मन मुखा नालों टुटी भली, जिन माया मोह प्यार, गुरु दा प्यार कोई नहीं अंदर। महला चौथा, जिन्ना अंदर दूजा भाव है तिना गुरमुख प्रीत न होए, जिन्ना दे अंदर दुनिया दा भाव है दूजा भाव है, तू है पाए विगुची है, उत्थे महाराज ने यही लाया होया है, दुया पाए विगुची है, विगोचा ही विगोचा रहिंदा है होरना ते आस रख के। परमित्री आस जिहड़ी है ना, पराई आस, की पता वो पूरी हुंदी है कि नहीं हुंदी, उहदा कोई भरोसा नहीं। पराई ना पराई चीज रखो, पराई अमान क्यों रखी है, ना पराई आस रखो। महाराज कहते ते रखिए शब्द सतगुरु धन गुरु ग्रंथ साहिब जी नूं, गुरबाणी पासों पुछो, गुरबाणी कहिंदी है,
रखवास एक निरंकार, रख आस एक निरंकार ते आस रखो, और आसा सब वृद्धि। ओ आवे जाए पवाई है, सुपने सुख न होई, गुरु नालों टुटिया होया नू, मन मुखा नाल जुड़िया होया नू, सुपने विच भी सुख नहीं मिलता। ओ नाम नहीं जपते, नितनेम नहीं करते, गुरुद्वारे नहीं जाते, अपने गुरु नू नहीं मनते, परमेश्वर नू नहीं मनते, कूड़ कमावे कूड़ कमाउंदे हन, कूड़ उचरै उचरै कहंदे ने बोलण नू, कूड़ बोलते हन, मुर्दा खांदे हन, कूड़ बोल मुर्दार खाए। धन गुरु ग्रंथ साहिब, कूड़ उचर है, कूड़ लग्या, कूड़े काम वाले लगे हुए हैं। ताई महाराज ने कहता है, लगे रहो कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसन हार, आप पड़े वासा जी दीवार। कूड़ कमावे कूड़ उचर है, कूड़ लग्या, कूड़ होए, ये सारे आंसर मिल जाते हैं। आसा जी दीवार का जिहड़ा सलोक है, ਸਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪ੍ਰਜਾ, ਆਪ ਕਿਰਪਾ ਕਰਿਓ ਪੜ੍ਹਨ ਦੀ ਕੋਸ਼ਿਸ਼ ਕਰਿਓ। ਮਾਇਆ ਮੋਹ ਸਭ ਦੁੱਖ ਹੈ, ਇਹ ਮਾਇਆ ਕੋਈ ਸੁੱਖ ਥੋੜੀ ਦਿੰਦੀ ਹੈ, ਇਹ ਜਿਤਨਾ ਇਲੂਜਨ ਹੈ, ਮਾਇਆ ਦਾ ਜਾਲ ਹੈ, ਇਹਦੇ ਨਾਲ ਮਨ ਜੰਜਾਲਾਂ ਨਾਲ ਲਪੇਟਿਆ ਪਿਆ ਹੈ, ਮਨ ਜੰਜਾਲੀ ਵਿਹੜਿਆ ਵਿਹੜਿਆ ਕਹਿੰਦੇ ਨੇ ਲਪੇਟੇ ਹੋਏ। माया मोह सब दुख है, दुख बिन सह दुख रोए, रोंदा है बंदा। सब कुछ हुंदिया होया भी अंबार लगे हुए हन माया दे, तामी तन गुरु नानक साहब ने कह दिता, नानक दुखिया सब संसार, कोई ना कोई रोग चंबड़िया होया है, दुख लगा होया है। नानक तात लिवे जोड़ न आवई, जे सोलो चै कोई, अकाल पुरख वाहिगुरु जी दे नाल लिव नहीं लगदी इस प्रकार। जिनको पोते पुन पया, तिना गुर सब दी सुख होए, जिन्हां दे खजाने विच पुन पै जांदे हन, पुन पैंदे हन सच्चे धर्म दे नाल, गुरु नानक साहिब जी दे धर्म दे नाल जुड़न दे नाल, खालसा धर्म दे जुड़न दे नाल, धन गुरु गोबिंद सिंह साहिब जी ने जो धर्म चलाया है, जिस करके आए सन, धर्म चलावन संत उबारन, दुष्ट सभन को मूल उपारन। धर्म चलावन, ਜਿਹੜਾ ਧਰਮ ਚਲਾਉਣ ਵਾਸਤੇ ਆਏ ਸਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਉਹ ਧਰਮ ਚਲਾ ਕੇ ਗਏ ਹਨ, ਖਾਲਸਾ ਧਰਮ, ਜਿਹਦੇ ਕਰਕੇ ਅਕਾਲ ਪੁਰਖ ਨੇ ਭੇਜਿਆ ਸੀ। ਅਕਾਲ ਪੁਰਖ ਜੀ ਨੇ ਦੁਨੀਆਂ ਤੇ ਭੇਜਿਆ ਸੀ, ਯੂ ਗੋ ਇਨ ਟੂ ਦਾ ਵਰਲਡ ਐਂਡ ਸਪਰੈਡ ਦਾ ਫੇਥ ਆਫ ਰਾਈਚਸਨੈਸ ਖਾਲਸਾ ਪੰਥ, ਚਾਹੇ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ। ਆ ਧਰਮ ਜਿਹੜਾ ਹੈ ਇਹ ਸੱਚਾ ਧਰਮ ਹੈ, ਸੱਚਾ ਧਰਮ ਪੁੰਨ ਭਲਾ ਕਰਾਏ, ਤਾਂ ਉੱਤੇ ਕਹੀਦਾ ਪੂਰੀ ਦੁਨੀਆਂ ਦੇ ਵਿੱਚ, ਗੁਰੂ ਘਰ ਦੇ ਵਿੱਚ ਸਾਰੀ ਸੰਗਤ ਆਖਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ, ਪੂਰੀ ਸੰਗਤ ਨਿਭ ਜਾਂਦੀ ਹੈ ਦੁਨੀਆਂ ਦਾ ਭਲਾ ਮੰਗਣ ਵਾਸਤੇ। ਸੱਚਾ ਧਰਮ ਪੁੰਨ, ਸੱਚਾ ਧਰਮ ਪੁੰਨ ਕਰਵਾਉਂਦਾ ਹੈ, ਆਪਣਾ ਦਸਵੰਧ ਦਿਓ, ਗਰੀਬ ਗੁਰਬੇ ਦੇ ਮੂੰਹ ਵਿੱਚ ਕੋਈ ਬੁਰਕੀ ਪੈ ਜਾਵੇ, ਲੰਗਰ ਲੱਗ ਜਾਣ। ਵਾਕਿਆ ਸਿੱਖ ਜਗਤ ਵਿਦੇ ਵਿੱਚ ਦਸਵੰਧ ਵਿੱਚੋਂ ਕਿਤਨੇ ਕਿਤਨੇ ਲੰਗਰ ਲੱਗਦੇ ਹਨ। ਸੱਚਾ ਧਰਮ ਪੁੰਨ ਕਰਵਾਉਂਦਾ ਹੈ, ਤੇ ਪੁੰਨ ਲਿਖੇ ਵੀ ਜਾਂਦੇ ਹਨ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ,
ਜਿਨਕੋ ਪੋਤੇ ਪੁੰਨ ਪਿਆ ਤਿਨਾਂ ਗੁਰ ਸਭ ਦੀ ਸੁਖ ਹੋਏ। ਜਿਨ੍ਹਾਂ ਦੇ ਖਜ਼ਾਨੇ ਵਿੱਚ ਸੱਚੇ ਧਰਮ ਦੇ ਨਾਲ ਜੁੜਿਆ ਹੋਇਆ ਦੇ ਸਤਸੰਗ ਜੀਓ ਪੁੰਨ ਪੈ ਗਏ, ਉਹਨਾਂ ਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਦਾਤਾਰ ਪਾਤਸ਼ਾਹ ਜੀ ਕਹਿੰਦੇ ਹਨ, ਪੁੰਨ ਕਰੋ, ਸਿਮਰਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋ, ਦਸਵੰਧ ਕੱਢੋ। ਰਹਿਤਨਾਮਿਆਂ ਦੀ ਕਥਾ ਦਾਸ ਨੇ, ਜਿਤਨੇ ਰਹਿਤਨਾਮੇ ਅੰਮ੍ਰਿਤ ਕੀਰਤਨ ਵਿੱਚ ਲਿਖੇ ਹੋਏ ਸਨ ਉਹ ਦਾਸ ਨੇ ਪਾਠ ਕੀਤਾ ਹੈ, ਨਾਲ ਨਾਲ ਤੁਛ ਬੁੱਧੀ ਮੁਤਾਬਕ ਟਰਾਂਸਲੇਟ ਵੀ ਅਰਥ ਵੀ ਕੀਤੇ ਹਨ। ਆਪ ਆਪਣੀ ਬੁੱਧ ਹੈ ਜੇਤੀ। ਸੋ ਸਮਾਂ ਹੋ ਗਿਆ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇੱਥੇ ਹੀ ਆਪ ਜੀ ਪਾਸੋਂ ਦਾਸਰਾ ਖਿਮਾ ਮੰਗਦਾ ਹੈ। ਸੰਗਤ ਵੀ ਗੁਰੂ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸਤਸੰਗ ਜੀਓ। ਪੌੜੀ ਮਹੱਲਾ ਪੰਜਵਾਂ ਦੀ ਕੁਝ ਕਥਾ ਰਹਿ ਗਈ ਹੈ, ਉਹ ਅਕਾਲ ਪੁਰਖ ਜੀ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਫਿਰ ਕਿਸੇ ਵੇਲੇ ਜੇ ਮਾਲਕ ਦਾ ਹੁਕਮ ਹੋਇਆ ਕਿ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਝੂਲਦਾ, ਜੇ ਬੰਦਾ ਆਖੇ ਕਿ ਮੈਂ ਕਥਾ ਕਰਾਂਗਾ ਆਪਣੇ ਵੱਸ ਕੁਝ ਨਹੀਂ, ਕਿਹਾ ਜਾਣਾ ਜਿੰਦੜੀਏ ਸਾ ਆਵੇ ਕਿ ਨਾ ਆਵੇ ਰਾਮ। ਜੇ ਗੁਰੂ ਕਿਰਪਾ ਕਰਨਗੇ ਤਾਂ ਸਤਸੰਗ ਜੀ ਉਹ ਆਪ ਜੀ ਨੂੰ ਜ਼ਰੂਰ ਸਰਵਣ ਕਰਵਾਵਾਂਗੇ। ਇਹ ਗੁਰਬਾਣੀ ਦੀ ਕਥਾ ਆਪ ਜੀ ਸੁਣਿਆ ਕਰੋ, ਸੁਣ ਵੀ ਰਹੇ ਹੋ। ਗੁਰਬਾਣੀ ਵਿਚਾਰ ਲੀਡਸ ਯੂਕੇ ਇਹ ਭਰ ਦਿਆ ਕਰੋ ਯੂਟਿਊਬ 'ਤੇ, ਅੱਖਰ ਸਾਰੀਆਂ ਕਥਾਵਾਂ ਆਪ ਜੀ ਦੇ ਸਾਹਮਣੇ ਅਕਾਲ ਪੁਰਖ ਜੀ ਦੀ ਕਿਰਪਾ ਨਾਲ ਆ ਜਾਇਆ ਕਰਨਗੀਆਂ। ਹੋ ਸਕਦਾ ਹੈ ਕੋਈ ਵੀ ਅੱਖਰ ਮਨ ਵਿੱਚ ਵਸ ਜਾਵੇ ਤੇ ਜ਼ਿੰਦਗੀ ਦਾ ਭਲਾ ਹੋ ਜਾਵੇ। ਇਹ ਸਾਰੀ ਸੇਵਾ ਯੂਟਿਊਬ ਨੇ ਕੀਤੀ ਹੈ। ਦਾਸ ਅਰਦਾਸ ਕਰਦਾ ਹੈ ਯੂਟਿਊਬ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਪ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸਰਵਣ ਕੀਤੀ ਹੈ, ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਨ। ਪੀਵੋ ਪਹੁਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਭੁੱਲਾਂ ਖਿਮਾ ਕਰ ਦੇਣੀਆਂ, ਸੰਗਤ ਗੁਰੂ ਰੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।